ਸਾਰੇ ਸਤਿ ਸ਼੍ਰੀ ਅਕਾਲ ਜੀ ਤੇ ਇਹ ਵੀਡੀਓ ਜੀ ਸਾਰੇ ਪਾਸੇ ਸ਼ੇਅਰ ਕਰੋ ਆਪਣੇ ਪੰਜਾਬੀਆਂ ਤੱਕ ਪਹੁੰਚਾਓ ਭਾਈ ਬਾਈ ਦੁਨੀਆ ਪਰੇ ਤੋਂ ਪਰੇ ਲੋਕ ਖਰੇ ਤੋਂ ਖਰੇ ਤੇ ਮੋਦੀ ਦੀਆਂ ਕਰਤੂਤਾਂ ਵੀ ਦਿਖਾਉਂਗਾ ਜੀ ਤੇ ਚਲਦੀ ਚਲਦੀ ਸ਼ੇਅਰ ਕਰ ਦੋ ਤੇ ਇਹ ਬੰਦਾ ਹੈ ਜੀ ਇਹ ਤੁਸੀਂ ਦੇਖ ਸਕਦੇ ਹੋ ਯੂਕਰੇਨੀਆ ਦਾ ਬੰਦਾ ਇਸਨੇ ਕੀ ਕੀਤਾ ਮਿੱਤਰੋ ਇਸਨੇ ਬਾਲਟਰ ਕਾਰਡ ਬਣਾਇਆ ਹਾਂਜੀ ਕਾਹਦਾ ਬਾਲਟਰ ਕਾਰਡ ਪਾਣੀ ਚ ਤੈਰਨ ਦਾ ਨਹੀਂ ਜੀ ਕਈਆਂ ਨੇ ਤਾਂ ਸੱਚ ਨਹੀਂ ਮੰਨਣਾ ਕਿਉਂਕਿ ਸਾਡੀ ਸੋਚ ਉਹੀ ਡੱਡੂ ਵਾਲੀ ਰਹਿ ਗਈ ਖੂਹ ਵਾਲੀ ਸਾਨੂੰ ਬਸ ਕਲਾਕਾਰੀ ਦੀ ਦੇ ਆਹ ਕਲਾਕਾਰ ਆ ਕਲਾਕਾਰ ਉਂਦੀ ਆ ਐਦਾਂ ਨੂੰ ਗਾਣਾ ਆਣਾ ਉਹ ਤਾਂ ਐਦਾਂ ਨੂੰ ਆਣਾ ਫਿਰ ਤੁਹਾਡੇ ਦਿਮਾਗ ਨੇ ਮੰਨਣਾ ਹੀ ਨਹੀਂ ਇਹ ਬੰਦੇ ਨੇ ਬਾਲਡ ਰਿਕਾਰਡ ਬਣਾਇਆ ਮਿੱਤਰੋ 24 ਮਿੰਟ 37 ਸੈਕਿੰਡ ਤੱਕ ਸਾਰ ਰੁਕੀ ਰੱਖਿਆ ਹਾਂਜੀ ਸਹੀ ਸੁਣਿਆ ਤੁਸੀਂ ਤੁਸੀਂ ਟਰਾਈ ਕਰ ਲਿਓ 1 ਮਿੰਟ ਨਹੀਂ ਰੋਕ ਹੋਣਾ ਸਾਹ ਪਾਣੀ ਦੇ ਥੱਲੇ 24 ਮਿੰਟ 37 ਸਕਿੰਟ ਤੱਕ ਦਾ ਇਸਨੇ ਬਲਡ ਰਿਕਾਰਡ ਬਣਾਤਾ ਸਾਹ ਨਹੀਂ ਲਿਆ 24 ਮੈਂ ਉਹੀ ਕਹਿਣਾ ਹੁੰਦਾ ਸਾਨੂੰ ਆਪਣੀ ਤਾਕਤ ਦਾ ਨਹੀਂ ਪਤਾ ਅਸੀਂ ਇਨਸਾਨ ਨਹੀਂ ਅਸੀਂ ਏਲੀਨ ਆ ਜਿੱਦਣ ਸਾਨੂੰ ਸਾਡੀ ਤਾਕਤ ਦਾ ਪਤਾ ਲੱਗ ਗਿਆ ਸਾਡਾ ਸਰੀਰ ਕੀ ਕੀ ਕਰ ਸਕਦਾ ਦਿਮਾਗ ਨੇ ਸਾਨੂੰ ਰੋਕਿਆ ਆ ਵੀ ਭਾਈ ਮੇਰੇ ਵੱਸ ਦਾ ਰੋਗ ਨਹੀਂ ਇਹ ਬੰਦੇ ਨੇ 24 ਮਿੰਟ ਤੱਕ ਸਾਹ ਰੋਕ ਕੇ ਬਲਡ ਰਿਕਾਰਡ ਬਣਾਤਾ 24 ਮਿੰਟ ਸਾਹ ਰੋਕਣਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਟਰਾਈ ਕਰਕੇ ਦੇਖ ਲਓ ਚਲਦੀ ਚਲਦੀ ਵੀਡੀਓ ਚ ਚਾਲੀ ਕਿ ਸਕਿੰਟ ਬਾਅਦ ਬੰਦਾ ਕਹਣਾ ਹਾਈ ਮਰ ਗਿਆ ਮਰ ਗਿਆ ਮਰ ਗਿਆ ਲੈ ਲਓ ਸਾਹ ਹਨ ਤੇ ਗਾਹ ਦਿਖਾਉਣਾ ਤੁਹਾਨੂੰ ਹੋਰ ਦੀਨ ਦੁਨੀਆਦਾਰੀ ਚ ਕੀ ਹੁੰਦਾ ਪਿਆ ਆ ਤੇ ਇੰਡੀਆ ਦੀਆਂ ਵੀ ਖਬਰਾਂ ਦਿਖਾਉਣੇ ਆ ਤੇ ਆ ਜਾਓ ਜੀ ਮਿੱਤਰੋ ਸ਼ੁਰੂ ਕਰਦੇ ਆ ਪਹਿਲਾ ਮੋਦੀ ਦੀਆਂ ਦੋਗ ਖਬਰਾਂ ਦਿਖਾ ਦਈਏ ਬਾਕੀ ਦੇ ਕੰਮ ਬਾਅਦ ਚ ਬੈਲਾ ਹਰ ਹਰ ਮੋਦੀ ਘਰ ਘਰ ਮੋਦੀ ਪੱਠੇ ਕੰਮ ਨਾ ਕਰ ਕਰ ਮੋਦੀ ਤੇ ਟੱਚਰਾ ਕਰਦਾ ਸੀ ਕਹਿੰਦਾ ਸੀ ਗੰਗਾ ਚ 100 ਤੇ 1000 ਦੇ ਨੋਟ ਰੁੜਦੇ ਆ ਟੀਚਰਾਂ ਕਰਦਾ ਸੀ ਜਦੋਂ ਨੋਟਬੰਦੀ ਕੀਤੀ ਸੀ 12 ਨਵੰਬਰ 16 ਦਾ ਟਵੀਟ ਆ ਤੇ ਦੇਖ ਸਕਦੇ ਆ ਤੇ ਗੰਗਾ ਚ ਰੁੜਦਾ ਕੀ ਪਿਆ ਗੰਗਾ ਚ ਰੁੜਦਾ ਪਿਆ ਜੀ ਲਾਸ਼ਾਂ ਤੁਹਾਨੂੰ ਸਾਰਿਆਂ ਨੂੰ ਪਤਾ ਗੰਗਾ ਚ ਰੁੜਦੀਆਂ ਪੀਆਂ ਲਾਸ਼ਾਂ ਜਿਨ੍ਹਾਂ ਨੂੰ ਕੁੱਤੇ ਨੋਚ ਨੋਚ ਖਾ ਰਹੇ ਆ ਵਿਆਰ ਯੂਪੀ ਯੂਵੀ ਕੇ ਉਹ ਨਾ ਬੇ ਇਨਸਾਨੀਅਤ ਤਾਰ-ਤਾਰ ਗੰਗਾ ਦੇ ਘਾਟ ਪਰ ਬਿਖਰੇ ਹੈ ਅਣਗਿਣਿਤ ਸ਼ਬ ਕੁੱਤੇ ਖਾਂਦੇ ਕੁੱਤੇ ਬਾਈ ਜੀ ਕਦੀ ਨਹੀਂ ਹੋਇਆ ਇੰਡੀਆ ਦੇ ਇਤਿਹਾਸ ਚ ਇਹ ਇਹ ਸਮਾਂ ਨਾ ਕਦੀ ਆਇਆ ਸੀ ਤੇ ਨਾ ਆਉਣਾ ਜਿਹੜਾ ਹੁਣ ਆ ਗਿਆ ਸਪੈਨਿਸ਼ ਫਲੂ 1918 ਚ ਹੋਇਆ ਸੀ ਉਤੋਂ ਵੀ ਮਾੜਾ ਹਾਲ ਆ ਕੁੱਤੇ ਲਾਸ਼ਾਂ ਖਾਂਦੇ ਵਾ ਕੁੱਤੇ ਸੋਚ ਕੇ ਦੇਖੋ ਕਿਸੇ ਦੇ ਸਾਡੇ ਪਰਿਵਾਰਕ ਮੈਂਬਰ ਦੀ ਕੋਈ ਲਾਸ਼ ਇਦਾਂ ਰੁੜਦੀ ਹੋਵੇ ਨਦੀ ਚ ਕੁੱਤੇ ਖਾਣ ਕਿਦਾਂ ਫੀਲ ਹੋਊ ਬਾਈ ਜੀ ਲੋਕ ਲੋਕਾਂ ਦਾ ਹਾਲ ਹੀ ਇੰਨਾ ਮਾੜਾ ਕਰਤਾ ਇਹਨਾਂ ਨੇ ਗੱਲਾਂ ਹੀ ਛੱਡੋ ਕੁੱਤੇ ਲਾਸ਼ਾਂ ਖਾਂਦੇ ਓਏ ਹੋਏ ਹੋ ਹੜਦੂ ਲਾਣਤ ਇਦਾਂ ਦੀਆਂ ਸਰਕਾਰਾਂ ਤੇ ਜਿਹੜੀਆਂ ਕਿ ਆਪਣੇ ਲੋਕਾਂ ਦਾ ਇਲਾਜ ਨਹੀਂ ਕਰ ਸਕਦੀਆਂ ਤੇ ਬਾਕੀ ਹੋਰ ਤੇ ਅੱਗੇ ਆ ਜੀ ਦੁਨੀਆ 'ਚ بڑے ਪੁੱਠੇ ਸਿੱਧੇ ਕਾਰੇ ਹੁੰਦੇ ਆ ਇਸ ਔਰਤ ਨੂੰ ਜੇਲ੍ਹ ਹੋ ਗਈ ਹੁਣ ਹੱਥ ਜੋੜਦੀ ਪਈ ਆ ਇਹਦਾ ਕਾਰਨ ਕੀ ਆ ਇਹਦਾ ਕਾਰਨ ਆ ਮਿੱਤਰੋ ਸ਼ੋਅ ਜਲ ਮੀਡੀਆ ਇਸਨੇ ਉਹ ਜੱਜ ਨੇ ਸਜ਼ਾ ਸੁਣਾਈ ਤੁਸੀਂ ਦੇਖ ਸਕਦੇ ਹੋ ਤਰੀਕ ਵੀ ਲਿਖੀ ਹੋ 11 ਮਈ ਹੈ ਨਾ 11 ਮਈ 2021 ਤੇ ਇਸ ਨੂੰ ਸਜ਼ਾ ਇਸ ਲਈ ਸੁਣਾਈ ਇਹ ਕਿਸੇ ਸਕੂਲ 'ਚ ਚਲ ਗਈ ਸਕੂਲ 'ਚ ਜਾ ਕੇ ਪੇਪਰ ਵੰਡਦੀ ਸੀ ਕੀ ਉਹ ਅੱਤਵਾਦੀਆਂ ਦੇ ਪੇਪਰ ਸੀ ਕਾਦੇ ਪੇਪਰ ਸੀ ਇਹਨੂੰ ਸਜ਼ਾ ਕਾਤੇ ਹੋ ਗਈ ਸਜ਼ਾ ਹੋ ਗਈ ਮਿੱਤਰੋ ਇੰਸਟਾਗ੍ਰam ਦੀ ਆਪਣੀ ਆਈਡੀ ਪੇਪਰਾਂ ਤੇ ਛਾਪ ਕੇ ਸਕੂਲ 'ਚ ਦਿੰਦੀ ਸੀ ਨਿਆਣਿਆਂ ਨੂੰ ਹਾਈ ਸਕੂਲ ਵਾਲੇ ਨਿਆਣਿਆਂ ਨੂੰ ਦੇਖ ਸਕਦੇ ਆ ਜੀ ਅਮਰੀਕਾ ਦੀ ਆ ਨਿਊਜ਼ ਵੀ ਸੋਸ਼ਲ ਮੀਡੀਆ ਨੇ ਸਾਨੂੰ ਇੰਨੇ ਅੰਨੇ ਕਰਤਾ ਟਿਕਟੌਕ ਤੇ ਜਿਹਦੇ ਪੰਜਾਬੀ ਕੁੜੀ ਦੇ ਘੱਟ ਕੱਪੜਿਆ ਉਹਦੇ ਜ਼ਿਆਦਾ ਫਾਲੋਅਰ ਆ ਸੋ ਮਾਪਿਆਂ ਦੀ ਸਾਰੀ ਜ਼ਿੰਦਗੀ ਧੀਆਂ ਦੇ ਕੱਪੜੇ ਬਣਾਉਣ ਚ ਲੱਗ ਗਈ ਤੇ ਧੀਆਂ ਮਾਪਿਆਂ ਦੀ ਇੱਜ਼ਤ ਆ ਪੰਜਾਂ ਸੱਤਾਂ ਸਕਿੰਟਾਂ ਜੀ ਤਾਰ-ਤਾਰ ਕਰ ਰਹੀਆਂ ਸਾਨੂੰ ਕੀ ਜਿਨ੍ਹਾਂ ਦੀਆਂ ਧੀਆਂ ਹੋਣਾਂ ਨੂੰ ਹੀ ਨਹੀਂ ਫਿਕਰ ਆਪਾਂ ਨੂੰ ਕੀ ਬਾਈ ਜੀ ਹੋਰ ਨੱਚੋ ਤੇ ਇੱਕ ਹੋਰ ਸੀ ਬ੍ਰੈਂਪਟਨ ਦੀ ਪਹਿਲਾਂ ਤਾਂ ਕੱਲੀ ਆਉਂਦੀ ਹੁੰਦੀ ਸੀ ਹੁਣ ਘਰ ਆਲਾ ਆਉਂਦਾ ਨਾਲ ਪਤਾ ਹੀ ਹੁਣਾ ਹਨਾ ਚਲੋ ਛੱਡੋ ਇਹ ਪੇਪਰ ਬੰਦੀ ਸੀ ਜੀ ਸਕੂਲਾਂ ਚ ਤੇ ਇੰਸਟਾਗ੍ਰam ਦੀ ਆਈਡੀ ਲਿਖ ਕੇ ਤੇਸ ਤੇ ਸ਼ੱਕ ਪਿਆ ਸਕਿਉਰਟੀ ਵਾਲਿਆਂ ਨੇ ਰੋਕਿਆ ਕਹਿੰਦੀ ਨਹੀਂ ਮੈਂ ਤਾਂ ਮਤਲਬ ਵੱਡਾ ਸੀ ਸਕੂਲ ਮੈਂ ਤਾਂ ਆਫਿਸ ਲੱਭਦੀ ਮੈਂ ਵੀ ਮਤਲਬ ਕੋਈ ਕੰਮ ਕਰਨਾ ਸਟੂਡੈਂਟਾਂ ਵਾਲੇ ਕੱਪੜੇ ਪਾ ਕੇ ਸਟੂਡੈਂਟ ਮੰਨ ਕੇ ਗਈ ਸੀ 28 ਸਾਲ ਦੀ ਤੇ ਚਲੋ ਉੱਥੋਂ ਦਾ ਨਿਕਲ ਗਈ ਬਾਅਦ ਚ ਪੁਲਿਸ ਵਾਲਿਆਂ ਨੇ ਇਹਦੀ ਇੰਸਟਾਗ੍ਰam ਦੀ ਲੋਕੇਸ਼ਨ ਤੋਂ ਹੀ ਦਾ ਘਰ ਲੱਭਿਆ ਤੇ ਘਰੋਂ ਚੱਕ ਲਿਆ ਇੰਸਟਾਗ੍ਰam ਦੇ ਫੋਲੋਅਰ ਵਧਾਉਣ ਦੇ ਮਹੰਗੇ ਪੈ ਗਿਆ ਇਹਨੂੰ ਜੇਲ੍ਹ ਚ ਐਸ ਵੇਲੇ ਸੋ ਭਰਾਵੋ ਸੋਸ਼ਲ ਮੀਡੀਆ ਤੇ ਸਭ ਤੋਂ ਵੱਡੀ ਭੁੱਖ ਦੋ ਚੀਜ਼ਾਂ ਦੀ ਆ ਨੇਮ ਫੇਮ ਇੱਕ ਪੈਸਾ ਤੇ ਜਿੱਕੋ ਪੈਸਾ ਆ ਜਾਂਦਾ ਫਿਰ ਕਹਿੰਦਾ ਮੇਰਾ ਨਾਂ ਹੋ ਨੰਨਾ ਮੈਨੂੰ ਇਹ ਇਨਸਾਨ ਦੀ ਭੁੱਖ ਆ ਤੇ ਗਾਂ ਦਿਖਾਉਣਾ ਤੁਹਾਨੂੰ ਹੋਰ ਤੇ ਅਮਰੀਕਾ ਚ ਇੱਕ ਭਾਰਤੀ ਨੇ ਕੀ ਕਾਰਾ ਕਰਤਾ ਕਾਰਾ ਕਰਤਾ ਬਾਈ ਜੀ ਪਰਮ ਸ਼ਰਮਾ ਨਾਂ ਦਾ ਬੰਦਾ ਦੇਖ ਸਕਦੇ ਆ ਤੁਸੀਂ ਟੈਸਲਾ ਗੱਡੀ ਆਏ ਆਟੋ ਪਾਇਲਟ ਲਾ ਕੇ ਮੋਰੇ ਦੇਖ ਸਕਦੇ ਆ ਟੈਸਲਾ ਗੱਡੀ ਆਟੋਮੈਟਿਕ ਚੱਲਦੀ ਹੈ ਨਾ ਸਭ ਨੂੰ ਪਤਾ ਹੀ ਆ ਮੈਂ ਵੀ ਵੀਡੀਓ ਪਾਈ ਸੀਗੀ ਫੇ ਪਾਉਂਗਾ ਦੱਸੂਗਾ ਕੀ ਸਿਸਟਮ ਇਹਦਾ ਇੰਡੀਆ ਚ ਅਜੇ ਆਈ ਨਹੀਂ ਪਰਮ ਸ਼ਰਮਾ ਅਮਰੀਕਾ ਦਾ ਤੈਸਲਾ ਆਟੋ ਪਾਇਲਟ ਲਾ ਕੇ ਮੋਰੇ ਕੋਈ ਡਰਾਈਵਰ ਨਹੀਂ ਗੱਡੀ ਆਪਣੇ ਆਪ ਚੱਲਦੀ ਸੀ ਤੇ ਘੁੰਮਦਾ ਸੀਗਾ ਅਮਰੀਕਾ ਦੀਆਂ ਬੇ ਏਰੀਏ ਦੀਆਂ ਸੜਕਾਂ ਤੇ ਦੇਖ ਸਕਦੇ ਆ ਕੋਈ ਨਹੀਂ ਚਲਾ ਰਿਆ ਪਿੱਛੇ ਬੈਠਾ ਤੇ ਬੱਸ ਫੇਰ ਗਈ ਸੀ ਜਨਤਾ ਦੀ ਸੁਰੱਖਿਆ ਨੂੰ ਖਤਰਾ ਕਹਿੰਦੇ ਹੋਏ ਪੁਲਿਸ ਨੇ ਚੱਕ ਲਿਆ ਤੇ ਜਦੋਂ ਛੱਡਿਆ ਗਿਆ ਤੇ ਦੁਬਾਰਾ ਫੇਰ ਇਹਨੇ ਇਹੀ ਕੰਮ ਕੀਤਾ ਇਹ ਕਹਿੰਦਾ ਮੇਕੋ ਦਾ ਪੈਸੇ ਹੀ ਬੜੇ ਆ ਮੇਰੇ ਅਰਗੇ ਤਾਂ ਕੋਈ ਦੁਨੀਆ ਤੇ ਹੈ ਹੀ ਨਹੀਂ ਤੇ ਦਿਖਾਉਣਾ ਇਹਦੀਆਂ ਤਸਵੀਰਾਂ ਤੁਸੀਂ ਇਸ ਦੀਆਂ ਦੇਖ ਸਕਦੇ ਹੋ ਇਸ ਦੇ ਇੰਸਟਾਗ੍ਰam ਤੇ ਜਾ ਕੇ ਮਿੱਤਰੋ ਬਾਕੀ ਸਭ ਨੂੰ ਪਤਾ ਹੀ ਆ ਤੇ ਇੱਕ ਗੱਲ ਹਮੇਸ਼ਾ ਹੀ ਦਿਮਾਗ 'ਚ ਰੱਖਿਓ ਜਿਹਦੇ ਕੋਲ ਪੈਸਾ ਹੁੰਦਾ ਉਹ ਦਿਖਾਉਂਦਾ ਨਹੀਂ ਜਿਹਦੇ ਕੋਲ ਨਹੀਂ ਹੁੰਦਾ ਉਹੀ ਦਿਖਾਉਂਦਾ ਆ ਇਹ ਹਮੇਸ਼ਾ ਗੱਲ ਦਿਮਾਗ ਸਭ ਨੂੰ ਪਤਾ ਹੀ ਆ ਇਹ ਟੱਲ ਸਚਾਈ ਆ ਤੇ ਇਹਦੇ ਕੋਲ ਕਿੰਨੇ ਕ ਪੈਸੇ ਹੋਊਗੇ ਤੇ ਇਹਦਾ ਇੱਕ ਇੱਕ ਹੋਰ ਹੀ ਸੀ ਉਮਰ ਦੇ ਨਿਆਣੇ ਨਾਲ ਮੈਂ ਕੰਪੇਅਰ ਕਰਦਾ ਇਹਦੀ ਉਮਰ ਚਲੋ 20 25 ਸਾਲ ਹੋਊਗੀ ਵਾਟਐਵਰ ਇਹ ਇਸਨੇ ਆਪਣੇ ਇੰਸਟਾਗ੍ਰਾਮ ਤੇ ਇਦਾਂ ਤਸਵੀਰਾਂ ਪਾਈਆਂ ਰੋਲੈਕਸ ਦੀਆਂ ਘੜੀਆਂ ਗੱਡੀਆਂ ਨਾ ਨੋਟਾਂ ਦੀਆਂ ਦੱਥੀਆਂ ਦੇਖ ਸਕਦੇ ਆ ਕਿੰਨੇ ਕ ਹੋ ਗਏ ਹੈਨਾ ਕਿੰਨੇ ਕ ਪਹੁੰਚ ਗਏ ਤੇ ਤੁਹਾਨੂੰ ਦਿਖਾਉਣਾ ਜਿਨ੍ਹਾਂ ਕੋ ਹੁੰਦੇ ਆ ਬਾਈ ਜੀ ਉਹ ਦਿਖਾਉਂਦੇ ਨਹੀਂ ਜਿਨ੍ਹਾਂ ਕੋ ਨਹੀਂ ਹੁੰਦੇ ਉਹ ਹੀ ਦਿਖਾਉਂਦੇ ਆ ਤੇ ਆ ਤਾਂ ਉਹੀ ਫੋਟੋ ਆ ਗਈ ਤੇ ਇਸ ਦੀਆਂ ਤਸਵੀਰਾਂ ਵੀ ਤੁਸੀਂ ਜਾ ਕੇ ਦੇਖ ਸਕਦੇ ਜੇ ਦੇਖਣੀਆ ਚਾਹੋ ਨੇ ਇਸ ਦਾ ਪਤਾ ਨਹੀਂ ਕਿਹੜਾ ਅਕਾਊਂਟ ਸੀ ਮੈਂ ਸੇਵ ਕੀਤੀ ਸੀ ਦੇਖ ਲਓ ਇਹਦਾ ਇੰਸਟਾ ਪਾਸੇ ਹੀ ਭਰਿਆ ਪਿਆ ਆ ਕਿ ਮੇ ਕੋ ਪੈਸਾ ਬੜਾ ਆ ਦਿਖਾਉਂਦਾ ਹੈਨਾ ਲੋਕਾਂ ਨੂੰ ਇੰਸਟਾ ਤੇ ਜਾਂ ਕਿਤੇ ਵੀ ਆ ਦੇਖ ਲਓ ਰੋਲਸ ਰੋਇਸ ਗੱਡੀਆਂ ਮਹਿੰਗੀਆਂ ਮਹਿੰਗੀਆਂ ਵਾਟ ਐਵਰ ਹੈਨਾ ਚਲੋ ਠੀਕ ਆ ਵੈਸੇ ਤਾਂ ਇਹਦੇ ਆਪਣੇ ਨਹੀਂ ਕਮਾਏ ਹੋਣੇ ਘਰਦਿਆਂ ਦੇ ਹੋਣੇ ਵਧੀਆ ਗੱਲ ਆ ਪੈਸਾ ਆਉਣਾ ਵਧੀਆ ਗੱਲ ਆ ਫੇਰ ਉਹੀ ਗੱਲ ਤੁਹਾਨੂੰ ਹੁਣ ਕੰਪੇਅਰ ਕਰਕੇ ਦਿਖਾਉਣਾ ਜਿਨ੍ਹਾਂ ਕੋ ਹੁੰਦੇ ਆ ਉਹ ਇਦਾਂ ਫੁਗਰੀਆਂ ਨਹੀਂ ਮਾਰਦੇ ਤੇ ਜਿਨ੍ਹਾਂ ਕੋ ਹੈਗੇ ਆ ਆ ਦੇਖੋ ਬਾਈ ਜੀ ਤੇ ਬਸ ਦੋ ਚੀਜ਼ਾਂ ਹਮੇਸ਼ਾ ਉਹੀ ਦਿਮਾਗ 'ਚ ਰੱਖਿਓ ਅਸੀਂ ਸ਼ਕਲਾਂ ਦੇ ਚੱਲ ਜੰਨੇ ਆ ਸੂਟਾਂ ਬੂਟਾਂ ਦੇ ਚੱਲ ਜੰਨੇ ਆ ਪਰ ਮਿੱਤਰੋ ਆ ਬੰਦਾ ਇਹ ਬੰਦਾ ਜਿਹਦੀ ਆ ਫੋਟੋ ਪਹਿਲਾਂ ਟੈਸਲਾ ਵਾਲੇ ਦੀ ਦਿਖਾਈ ਜਾਂ ਜਿਹੜੇ ਇਹਦੀ ਸ਼ਕਲ ਦੇਖ ਕੇ ਇਹਦਾ ਸਰੀਰ ਦੇਖ ਕੇ ਹੱਸੂਗੇ ਜਿਹੜੇ ਹੱਸੂਗੇ ਤੁਹਾਡੀਆਂ ਸੱਤ ਪੁਸ਼ਤਾ ਮਤਲਬ ਦਰਾਨੀ ਜਠਾਣੀ ਪਤੀਸ ਨਨਾਨ ਸਾਰੇ ਹੀ ਤੱਬਰ ਮळाਗੇ ਤੁਹਾਡੇ ਪਰਿਵਾਰਾਂ ਦੇ ਲੱਖ ਲੱਖ ਤੋਂ ਵੱਧ ਬੰਦਾ ਮळा ਲਈਏ ਤੁਹਾਡੇ ਜਿਹੜੇ ਇਹਦੀ ਸ਼ਕਲ ਦੇਖ ਕੇ ਹੱਸਣਗੇ ਤੁਹਾਡੇ ਖਾਨਦਾਨ ਚ ਗਾਂ ਦੀ ਗਾਂ ਜਿਹੜੀਆਂ ਪੀੜੀਆਂ ਮਰ ਗਈਆਂ ਜਾਂ ਆਉਣੀਆਂ ساری ਉਮਰ ਉਹ ਨਹੀਂ ਇੰਨਾ ਪੈਸਾ ਨਹੀਂ ਦੇਖਣਾ ਜਿੰਨਾ ਇਹਨੇ ਡੋਨੇਟ ਕਰਤਾ 1 ਬਿਲੀਅਨ ਡਾਲਰ ਇੰਡੀਆ ਦੇ ਕੋਵਿਡ ਫੰਡ ਲਈ ਇਹਨੇ ਦਾਨ ਕੀਤਾ 7.8 ਹਜ਼ਾਰ ਕਰੋੜ ਰੁਪਈਆ ਇਹ ਬੰਦਾ以ਥੀਰੀਅਮ ਇੱਕ ਕੋਇਨ ਆ ਜਿੱਦਾ ਬਿਟਕੋਇਨ ਆ ਤੇ ਉਸਦਾ ਇੱਕ ਕੋਫਾਊਂਡਰ ਆ ਬਾਈ ਜੀ 7000 ਕਰੋੜ 7500 ਕਰੋੜ ਰੁਪਈਆ ਹੀ ਨੇ ਇੰਡੀਆ ਨੂੰ ਦਾਨ ਕੀਤਾ ਕੋਵਿਡ ਫੰਡ ਲਈ ਤੇ ਇਸਦੀ ਉਮਰ ਹੈਗੀ ਵੀ ਇੰਨੀ ਕਈ ਆ ਇਹਨੇ以ਥੀਰੀਅਮ ਆਪ ਸਟਾਰਟ ਕੀਤਾ ਸੀਗਾ ਜਿੱਦਾ ਬਿਟਕੋਇਨ ਆ ਦੇਖ ਲਓ ਨਹੀਂ ਬੰਦ ਕਈਆਂ ਨੇ ਕਹਣਾ ਉਹ ਇਹ ਕਿਦਾਂ ਦਾ ਧੌਣ ਕਿਦਾਂ ਦੀ ਨੱਕ ਕਿਦਾਂ ਦਾ ਕੰਨ ਕਿਦਾਂ ਦਾ ਬਾਈ ਜੀ 7 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ 1 ਬਿਲੀਅਨ ਡਾਲਰ ਤੋਂ ਜ਼ਿਆਦਾ ਇਹਨੇ ਇੰਡੀਆ ਨੂੰ ਡੋਨੇਟ ਹੀ ਕਰਤਾ ਆ ਸੋ ਜਿਨ੍ਹਾਂ ਕੋਲ ਹੁੰਦਾ ਆ ਉਹ ਦਿਖਾਉਂਦੇ ਨਹੀਂਗੇ ਆ ਦੇਖ ਲਓ ਕੌਣ ਕਹਿ ਦੂਗਾ ਬੰਦਾ ਬਿਲੀਅਨ ਡਾਲਰਾਂ ਦਾ ਮਾਲਕ ਆ ਆ ਦੇਖ ਲਓ ਦੁਨੀਆ ਦੇ ਅਮੀਰਾਂ ਚ ਆ ਗਿਆ ਇਹ ਉਮਰੀ ਦੀ ਅਜੇ ਹੋਣ 25 26 ਸਾਲ ਹੀ ਆ ਜੇ ਦੇਖ ਲਓ ਕੀਤਾ ਕੀ ਨੇ ਜਿੱਦਾ ਬਿਟਕੋਇਨ ਸੀ ਕ੍ਰਿਪਟੋ ਕਰੰਸੀ ਨੇ ਵੀ ਸ਼ੁਰੂ ਕੀਤੀ ਸੀ ਹਨਾ ਕੋਫਾਊਂਡਰ ਸੀਗਾ ਇੱਕ ਬਿਲੀਅਨ ਡਾਲਰ ਡੋਨੇਟ ਕੀਤਾ ਇੰਡੀਆ ਨੂੰ ਇਹਨੇ ਤੇ ਹੋਰ ਦਿਖਾਉਣਾ ਤੁਹਾਨੂੰ ਬੜਾ ਕੁਝ ਹੋ ਰਿਹਾ ਦੁਨੀਆਦਾਰੀ ਚ ਬਹੁਤ ਕੁਝ ਤੇ ਇਹ ਜੀ ਵੈਸੇ ਅਮਰੀਕਾ ਤੋਂ ਵੀਡੀਓ ਦੇਖਦੇ ਤਾਂ ਹੁੰਦੇ ਆ ਭਰਾਵੋ ਕਲਿੱਕਾਂ ਵੀ ਕਰਦੇ ਆ ਕਰੋ ਅਮਰੀਕਾ ਦਾ ਰਾਸ਼ਟਰਪਤੀ ਹੋਇਆ ਟੈਡੀ ਰੂਜ਼ਵੈਲਟ ਆ ਤੇ ਇਹਦੇ ਹੱਥ 'ਚ ਟੈਡੀ ਵੀਅਰ ਦੇਖ ਸਕਦੇ ਆ ਤੇ ਉਹੀ ਜਿਹੜੀਆਂ ਟਿਕਟੌਕ ਇੰਸਟਾਗ੍ਰਾਮ ਤੇ ਲਾਈਵ ਹੁੰਦੀਆਂ ਪਿੱਛੇ ਪਿਛੇ ਪਿਛੇ ਆਪਣੇ ਕੱਦ ਤੋਂ 4 4 ਗੁਣਾ ਲੰਮਾ ਟੈਡੀ ਬੀਅਰ ਹਰ ਇੱਕ ਨਹੀਂ ਰੱਖਿਆ ਹੁੰਦਾ ਆ ਦਿਖਾਉਂ ਜਿਆਦਾਤਰ ਤਾਂ ਟੈਡੀ ਬੀਅਰ ਹੀ ਦਿਖਾਉਂਦੀਆਂ ਵੀ ਸਾਡੇ ਕੋਲ ਟੈਡੀ ਬੀਅਰ ਬਹੁਤ ਵੱਡਾ ਕਿਸੇ ਨੂੰ ਕੀ ਪਾ ਹੋਵੇ ਟੈਡੀ ਬੀਅਰ ਕਿਸੇ ਨੇ ਕੀ ਲੈਣਾ ਦੇਣਾ ਤੇ ਆ ਬੰਦੇ ਦਾ ਨਾਂ ਟੈਡੀ ਰੂਜ਼ਵੈਲਟ ਆ ਤੇ ਇਸ ਦੇ ਨਾਂ ਤੇ ਜਿਹੜਾ ਟੈਡੀ ਵੀਅਰ ਹਰੇਕ ਕੁੜੀ ਦਿਖਾਉਂਦੀ ਟਿਕਟੌਕ ਤੇ ਇੰਸਟਾਗ੍ਰam ਤੇ ਆਪਣੀਆਂ ਵੀਡੀਓ ਚ ਵੀ ਮੇਰੇ ਕੋ ਟੈਡੀ ਵੀਅਰ ਬਹੁਤ ਵੱਡਾ ਇਸ ਬੰਦੇ ਦੇ ਨਾਂ ਤੇ ਟੈਡੀ ਵੀਅਰ ਦਾ ਨਾਂ ਟੈਡੀ ਵੀਅਰ ਰੱਖਿਆ ਗਿਆ ਦੇਖ ਸਕਦੇ ਆ ਵੀ ਇੱਕ ਵਾਰੀ ਇਹ ਭਾਲੂ ਵੀਅਰ ਨੂੰ ਮਾਰਨ ਗਿਆ ਸੀ ਸ਼ਿਕਾਰ ਕਰਨੇ ਕਹਿੰਦਾ ਯਾਰ ਮੈਂ ਨਹੀਂ ਮਾਰਨਾ ਅਮਰੀਕਾ ਦਾ ਇਹ ਰਾਸ਼ਟਰਪਤੀ ਆ ਟੈਡੀ ਰੂਜ਼ਵੈਲਟ ਇਹ ਕਹਿੰਦਾ ਮੈਂ ਨਹੀਂ ਮਾਰਨਾ ਯਾਰ ਭਾਲੂ ਤੇ ਉਸ ਤੋਂ ਬਾਅਦ ਇੱਕ ਕਿਸੇ ਨੇ ਖਿਆਲ ਸ਼ੁਰੂ ਕੀਤਾ ਤੇ ਉਸ ਤੋਂ ਬਾਅਦ ਇਹ ਜਿਹੜੇ ਬੀਅਰ ਆ ਭਾਲੂ ਹਨ ਇਹਨਾਂ ਦਾ ਨਾਂ ਟੈਡੀ ਬੀਅਰ ਰੱਖ ਕੇ ਇਹ ਖਡਾਉਣੇ ਮਾਰਕੀਟ 'ਚ ਆਏ ਸੀ ਤੇ ਅੱਜ ਇਹ ਇਹਦਾ ਮੈਂ ਹੁਣ ਤਾਂ ਦੱਸਣ ਲੱਗਾ ਅੱਜ 13 ਮਈ ਕੱਲ 12 ਮਈ ਸੀ ਅਮਰੀਕਾ ਦਾ ਪਹਿਲਾ ਰਾਸ਼ਟਰਪਤੀ ਹੋਇਆ ਜਿਸ ਦਾ ਦੌਰਾ ਮਤਲਬ ਕੋਈ ਫਿਲਮ ਫਿਲਮ 'ਚ ਮਤਲਬ ਜਿਸ ਦੀ ਮੂਵੀ ਬਣਾਈ ਗਈ ਸਿੰਪਲ ਪੰਜਾਬੀ ਚ ਅਮਰੀਕਾ ਦਾ ਇਹ ਪਹਿਲਾ ਰਾਸ਼ਟਰਪਤੀ ਸੀ ਜਿਸ ਦੇ ਸੈਨ ਫ੍ਰਾਂਸਿਸਕੋ ਦੇ ਦੌਰੇ ਦੀ ਮੂਵੀ ਬਣਾਈ ਗਈ ਮਤਲਬ ਫਿਲਮ ਬਣਾਈ ਗਈ 1903 ਚ 12 ਮਈ 1903 ਨੂੰ ਸੋ ਇਸ ਦੇ ਨਾਂ ਤੇ ਟੈਡੀ ਵੀਅਰ ਦਾ ਨਾਂ ਟੈਡੀ ਵੀਅਰ ਰੱਖਿਆ ਗਿਆ ਤੇ ਬਾਈ ਜੀ ਦੁਨੀਆ ਬਹੁਤ ਗੱਲਾਂ ਆ ਬੜੀਆਂ ਗੱਲਾਂ ਤੇ ਹੋਰ ਦਿਖਾਉਣਾ ਸਾਨੂੰ ਬਸ ਸਾਥ ਨਹੀਂ ਮਿਲਦਾ ਤੁਹਾਨੂੰ ਮੈਨੂੰ ਤੁਹਾਡਾ ਐਵੇਂ ਹੀ ਕਹਿ ਦਵਾ ਉਹਨਾਂ ਜਿੰਨਾ ਚਾਹੀਦਾ ਨਹੀਂ ਤਾਂ ਨੇਰ ਲਿਆ ਦੀਏ ਨੇਰ ਤੇ ਜੀ ਆਸਟ੍ਰੇਲੀਆ ਦੇ ਮੈਲਬੌਰਨ ਚ ਕੀ ਹੋਇਆ ਬਾਈ ਜੀ ਪਤਾ ਨਹੀਂ ਬੰਦੇ ਦੇ ਦਿਲ ਚ ਕੀ ਆਈ ਪਤੰਦਰ ਦਾ ਦਿਨ ਦਿਹਾੜੇ ਲਿਆਇਆ ਪੈਟਰੋਲ ਕਿ ਡੀਜ਼ਲ ਵਾਟ ਐਵਰ ਲਾਈ ਸੀਟਾਂ ਨੂੰ ਅੱਗ ਤੇ ਨਿਕਲ ਗਿਆ ਦੇਖ ਸਕਦੇ ਆ ਜੀ ਮੈਲਬੌਰਨ ਚ ਟ੍ਰੇਨ ਚ ਤੇਲ ਛਿੜਕ ਕੇ ਆਸਟ੍ਰੇਲੀਆ ਤਾਂ ਉਹ ਵੀ ਬੜੇ ਵੀਰ ਦੇਖਦੇ ਤੇਲ ਛਿੜਕ ਕੇ ਤੇ ਲਾਈ ਅੱਗ ਸੀਟਾਂ ਨੂੰ ਤੇ ਤੁਰਦਾ ਬਣਿਆ ਸਿਕਿਉਰਿਟੀ ਕੈਮਰੇ ਦਾ ਟ੍ਰੇਨ ਚ ਵੀ ਲੱਗਿਓ ਸੀ ਬਾਹਰ ਵੀ ਪਤੰਦਰ ਦਾ ਬਾਹਰ ਮਾਸਕ ਲਾ ਕੇ ਮੂੰਹ ਤੋਂ ਵੀ ਤੁਸ ਮਾਸਕ ਹੀ ਲਾਈ ਰੱਖ ਮਾਸਕ ਲਾ ਕੇ ਟੌਰ ਨਾ ਤੁਰਿਆ ਜਾਂਦਾ ਟ੍ਰੇਨ ਦੀਆਂ ਸੀਟਾਂ ਨੂੰ ਅੱਗ ਲਾ ਕੇ ਪਤਾ ਨਹੀਂ ਚਲੋ ਚੱਕ ਤਾਂ ਗਲਿਆਂ ਨੇ ਲੈਣਾ ਹੀ ਆ ਕੈਮਰੇ ਚ ਆ ਗਿਆ ਸਾਰਾ ਕੁਝ ਤੇ ਹੋਰ ਦਿਖਾਉਣੇ ਜੀ ਤੁਹਾਨੂੰ ਤੇ ਹੋਰ ਤੇ ਦੇਖੋ ਜੀ ਮੋਦੀ ਨੇ ਦੇਸ਼ ਨੂੰ ਕੀ ਦਿੱਤਾ ਜਦੋਂ 트럼ਪ ਆਇਆ ਸੀ ਤੇ ਕੰਧ ਬਣਾਈ ਪਈ ਗਰੀਬਾਂ ਦੀਆਂ ਝੁੱਗੀਆਂ ਨੂੰ ਦੇਖ ਸਕਣ ਕਿਸਾਨਾਂ ਨੂੰ ਰੋਕ ਲਈ ਬੈਰੀਕੇਡ ਲਾਏ ਗਏ ਤੇ ਲੋਕਾਂ ਦੀਆਂ ਲਾਸ਼ਾਂ ਕਿੰਨੀਆਂ ਸੜ ਰਹੀਆਂ ਉਹ ਨਾਲ ਦੇਖਣ ਉਸ ਲਈ ਬੈਰੀਕੇਡ ਲਾਏ ਗਏ ਤੇ ਹੁਣ ਜਿੱਥੇ 13000 ਕਰੋੜ ਤੋਂ ਜ਼ਿਆਦਾ ਦਾ ਮੋਦੀ ਮਹਿਲ ਬਣ ਰਿਹਾ ਦਿੱਲੀ 'ਚ ਉੱਥੇ ਲਾਇਆ ਗਿਆ ਵੀ ਫੋਟੋ ਖਿੱਚਣ ਦੀ ਮਨਾਹੀ ਆ ਫੋਟੋ ਖਿੱਚਣ ਦੀ ਮਨਾਹੀ ਆ ਫੋਟੋ ਨਹੀਂ ਖਿੱਚ ਸਕਦੇ ਨਾ ਵੀਡੀਓ ਬਣਾ ਸਕਦੇ ਆ ਜਿਹੜਾ ਹਜ਼ਾਰਾਂ ਕਰੋੜਾ ਰੁਪਏ ਦਾ ਮਹਿਲ ਬਣ ਰਿਹਾ ਦਿੱਲੀ 'ਚ ਇਹ ਆ ਜੀ ਇਹ ਆ ਪੋਜ਼ਿਟਿਵਿਟੀ ਪੋਜ਼ਿਟਿਵਿਟੀ ਮਤਲਬ ਇਹ ਮਨ ਕੀ ਬਾਤ ਰੱਖੀ 30 ਮਈ ਨੂੰ ਵੀ ਪੋਜ਼ਿਟਿਵ ਗੱਲਾਂ ਕਰਨਗੇ ਲੋਕ ਨੈਗੇਟਿਵ ਗੱਲਾਂ ਕਰਦੇ ਆ ਨੈਗੇਟਿਵ ਗੱਲਾਂ ਕਰਦੇ ਆ ਲੋਕ ਤੇ ਹੋਰ ਦਿਖਾਉਣਾ ਤੁਹਾਨੂੰ ਇਹ ਇੱਕ ਇੱਕ ਕਿਹੜੀ ਤਸਵੀਰ ਹੈ ਤੇ ਹਾਂਜੀ ਤੇ ਬਾਈ ਜੀ ਸਿੱਧੀ ਜੀ ਗੱਲ ਆ ਨਿਆਣਿਆਂ ਨੂੰ ਗੇਮਾਂ 'ਚ ਪਾਓ ਸ਼ੁਰੂ ਤੋਂ ਬਚਪਨ ਤੋਂ ਹੀ ਪੜ੍ਹਾਈ ਨਾਲੋਂ ਜ਼ਿਆਦਾ ਪਹਿਲਾ ਗੇਮਾਂ 'ਚ ਤੇ ਇਹ ਆ ਜੀ ਦੁਨੀਆ ਦੇ ਪਹਿਲੇ 10 ਅਮੀਰ ਐਥਲੀਟ ਤੇ ਉਹਨਾਂ ਦੀ ਇਨਕਮ ਵੀ ਦੇਖ ਲਓ ਬਾਈ ਜੀ ਤੇ ਇਹ ਹੈਗਾ ਜੀ UFC ਫਾਈਟਰ ਤੇ ਦੂਏ ਨੰਬਰ ਤੇ ਫੁੱਟਬਾਲ ਵਾਲਾ ਤੀਏ ਤੇ ਫੁੱਟਬਾਲ ਚੌਥੇ ਤੇ ਹੈਗਾ ਅਮਰੀਕਨ ਫੁੱਟਬਾਲ ਉਹ ਜਿਹੜਾ ਹੱਥ 'ਚ ਫੁੱਟਬਾਲ ਜਿਹਾ ਲੈ ਕੇ ਨਹੀਂ ਭੱਜਦੇ ਹੁੰਦੇ ਹਨਾ ਤੇ ਫੇ ਹੈਗਾ ਬਾਸਕਟਬਾਲ ਫੇ ਫੁੱਟਬਾਲ ਫੇ ਟੈਨਿਸ ਫੇ ਹੈਗਾ ਹਮਿਲਟਨ ਰੇਸ ਵਾਲੀਆਂ ਕਾਰਾਂ ਜਿਹੜੀਆਂ ਤੇਜ਼ ਕਾਰਾਂ ਭਜਾਉਂਦੇ ਹੁੰਦੇ ਆ ਫੇਰ ਹੈਗਾ ਟੌਮ ਬ੍ਰੈਡੀ ਇਹ ਪਤੰਦਰ ਦਾ ਟੌਮ ਬ੍ਰੈਡੀ ਜਿੰਨੇ ਵੀ ਆ ਅਮਰੀਕਾ ਚ ਉਹ ਫਰਵਰੀ ਮਹੀਨੇ ਚ ਹੁੰਦਾ ਵੀ ਹਨਾ ਸਾਰਾ ਹੀ ਅਮਰੀਕਾ ਉਹਨੂੰ ਦੇਖਦਾ ਹੁੰਦਾ ਤੇ ਹਨਾ ਇਹ ਹਰੇਕ ਫਾਈਨਲ ਚ ਹੀ ਹੁੰਦਾ ਪਤੰਦਰ ਦਾ ਤੇ ਫਿਰ ਗਾਂ ਆ ਗਿਆ ਬਾਸਕਟਬਾਲ ਵਾਲਾ ਹੀ ਸੋ ਇਹਨਾਂ ਗੇਮਾਂ 'ਚ ਸਭ ਤੋਂ ਜ਼ਿਆਦਾ ਪੈਸਾ ਆਇਆ ਬਾਈ ਜੀ ਇਹ ਦੁਨੀਆ ਦਾ ਸਭ ਤੋਂ ਜ਼ਿਆਦਾ ਪੈਸਾ ਇਹ ਬੰਦੇ ਕਮਾਉਂਦੇ ਗੇਮਾਂ 'ਚ ਤੇ ਦੇਖ ਲਓ ক্রিকেট ਕ੍ਰੂਡ ক্রিকেট ਵਾਲਿਆਂ ਨੂੰ ਤਾਂ ਰੁਪਈਆਂ 'ਚ ਮਿਲਦਾ ਜਦੋਂ ਉਹਨਾਂ ਨੂੰ ਡਾਲਰਾਂ 'ਚ ਕਨਵਰਟ ਕਰਨਾ ਫੇਰ ਉਹਨਾਂ ਦਾ ਨਾਂ ਥਾਉ ਵੀ ਨਹੀਂ ਕਿਤੇ ਦੇਖ ਲਓ ਕਿੱਥੇ ਆ ক্রিকেট ਵਾਲਾ ਪਲੇਅਰ ਤੇ ਇਹ ਗੇਮਾਂ 'ਚ ਇਹਨਾਂ 'ਚ ਹੈਗਾ ਵੀ ਪੈਸਾ ਬਹੁਤ ਆ ਅੱਗੇ ਹੁੰਦਾ ਸੀਗਾ ਕੀ ਨਾ ਸੀ ਯਾਰ ਉਹਦਾ ਇਹ ਬੰਨੂ ਨਾ ਨਹੀਂ ਚਿੱਤੇ ਆਉਣ ਲੱਗਾ ਉਹਦਾ ਐਕਸੀਡੈਂਟ ਵੀ ਹੋਇਆ ਪਿੱਛੇ ਜੇ 골ਫ ਵਾਲਾ ਕੀ ਨਾਂ ਸੀ ਉਹਦਾ ਉਹ ਪਤਾ ਟਾਈਗਰ ਬੋਟਸ ਉਹ ਬੜੇ ਪੈਸੇ ਕਮਾਉਂਦਾ ਸੀਗਾ ਉਹਦੇ ਹੁਣ ਸੱਟ ਜੀ ਲੱਗ ਗਈ ਸੀ ਤੇ ਤਾਂ ਹੈ ਨਹੀਂ ਨਹੀਂ ਤਾਂ ਉਹਨੇ ਕਿਸੇ ਨੂੰ ਨੇੜੇ ਹੀ ਨਹੀਂ ਲੱਗਣ ਦਿੱਤਾ ਤੇ ਇਹ ਆ ਜੀ ਇਹਨਾਂ ਗੇਮਾਂ 'ਚ ਬਹੁਤ ਪੈਸਾ ਆ ਤੇ ਕਮਾਈ ਵੀ ਦੇਖ ਸਕਦੇ ਆ ਬਾਕੀ ਜਿਹੜੇ ਗੇਮ ਤੋਂ ਕਮਾਉਂਦੇ ਹੋ ਵੱਖਰੇ ਜਿਹੜੀਆਂ ਐਡਾਂ ਤੋਂ ਉਹ ਵੱਖਰੇ ਹਨਾ ਤੇ ਗਾਂ ਦਿਖਾਉਣੇ ਤੁਹਾਨੂੰ ਗਾਂ ਕਿਹੜੀ ਤਸਵੀਰ ਰਹਿ ਗਈ ਤੇ ਇੱਕ ਜਾਂਦੇ ਜਾਂਦੇ ਆ ਜਿਹੜੀਆਂ ਕ੍ਰਿਪਟੋ ਕਰੰਸੀਆਂ ਦਾ ਇਹਦਾ ਵੀ ਦੱਸਦੇ ਆ ਤੇ ਜਾਂਦੇ ਜਾਂਦੇ ਕਹੀਂ ਭੂਲ ਤੋਂ ਨਹੀਂ ਗਏ हमको ਜਪਨਾਮ ਜਪਨਾ ਮੋਟਰਸਾਈਕਲ ਤੇ ਝਾਜ ਵਾਲਾ ਇੰਜਣ ਲਾ ਕੇ ਧੰ ਧੰ ਸਤਗੁਰੂ ਤੇਰਾ ਹੀ ਆਸਰਾ ਟੰ 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 ਤੇ ਬਾਈ ਜੀ ਹਸਪਤਾਲ ਚ ਦਾਖਲ ਕਰਾਉਣਾ ਪਿਆ ਕਿਉਂਕਿ ਦਿਲ ਕਾ ਮਾਉ ਕਾ ਮਾਉ ਕਰਦਾ ਸੀ ਬੀਪੀ ਪਤਾ ਨਹੀਂ ਕੀ ਹੋ ਗਿਆ ਸੀਗਾ ਮਤਲਬ ਵੀ ਹੁਣ ਤਾਂ ਡਿਸਚਾਰਜ ਹੋ ਗਿਆ ਲਗਾ ਇਹਦੀ ਵੀ ਖਬਰ ਦੇ ਦਈਏ ਕਹੀਂ ਭੁੱਲ ਤੋ ਨਹੀਂ ਗਏ ਜਪਨਾਮ ਜਪਨਾ ਪਤੰਦਰ ਦਾ ਮੋਟਰਸਾਈਕਲ ਹੀ ੜਾਈ ਫਿਰਦਾ ਮੋਟਰਸਾਈਕਲ ਇਹਦੀਆਂ ਫਿਲਮਾਂ ਦੇਖਣ ਆਲੀਆਂ ਜਦੋਂ ਕਿਤੇ ਸੈਡ ਹੋਵੋ ਜਾਂ ਮੂਡ ਖਰਾਬ ਹੋਵੇ ਇਹਦੇ ਜ਼ਿਆਦਾ ਗਾਣੇ ਸੁਣ ਲਓ YouTube ਤੇ ਜਾਂ ਫਿਲਮਾਂ ਦੇਖ ਲਓ ਓ ਕਟਾ ਟਿੰਗੇੜ ਦਾ ਕਿੱਲੇ ਦੇ ਯੋਰਤੇ ਕੋ ਮੋਟਰਸਾਈਕਲ ਨੂੰ ਇੰਜਾਜ ਵਾਲੇ ਇੰਜਨ ਲਾ ਕੇ ੜਾਈ ਫਿਰਦਾ ਹਵਾ ਚ ਤੇ ਇਹਦੇ ਵਿਭਗਤ ਹੈਗੇ ਆ ਤੇ ਇੱਕ ਬਾਈ ਜੀ ਮੈਨੂੰ ਮਤਲਬ ਆ ਬਿਟਕੋਇਨ ਦਾ ਦਾ ਮਤਲਬ 16 17 ਦੀਆਂ 17 ਦੀਆਂ ਵੀਡੀਓ ਚ ਮੈਂ ਨਾ ਚੀਜ਼ਾਂ ਦਾ ਜ਼ਿਕਰ ਕਰਦਾ ਰਿਹਾ ਬਿਟਕੋਇਨ ਉਦੋਂ 900 ਡਾਲਰ ਦਾ ਆਇਆ ਸੀ ਹੁਣ 62000 ਤੇ ਚਲ ਗਿਆ ਸੀ ਹਨਾ ਤੇ ਮਸਕ ਸਾਹਿਬ ਜੀ ਬਾਈ ਜੀ ਜੇ ਕੋਈ ਕ੍ਰਿਪਟੋ ਕਰੰਸੀ ਕਿਉਂਕਿ ਹੁਣ ਦਾ ਟਿਕਟੌਕ ਤੇ ਸਾਰੇ ਭਰਾਵੋ ਬੜੇ ਵਿਦਵਾਨ ਬੈਠੇ ਆ ਨੀ ਆ ਸਿੱਕਾ ਲਾ ਵਾ ਨੀ ਆ ਸਿੱਕਾ ਲਾਓ ਟਿਕਟੌਕ ਤੇ ਇੱਕ ਵਕੀਲ ਉਹ ਬੈਠਿਆ ਏਜੰਟ ਇਮੀਗ੍ਰੇਸ਼ਨ ਵਾਲੇ ਐਦਾਂ ਨਹੀਂ ਐਦਾਂ ਕਰੋ ਐਦਾਂ ਨਹੀਂ ਐਦਾਂ ਕਰੋ ਤੇ ਇੱਕ ਆ ਸਿੱਕੇ ਵੇਚਣ ਵਾਲੇ ਤੇ ਇੱਕ ਹੋਰ ਨਵੇਂ ਆ ਗਏ ਜੀ ਐਫੀਲੀਏਟ ਮਾਰਕੀਟਿੰਗ ਮੈਂ ਢਾਈ ਦਾ 1000 ਰੁਪਿਆ ਕਮਾਉਣੀ ਆ ਮੈਂ ਅੱਜ 1500 ਕਮਾਇਆ ਮੈਂ ਆ ਕਮਾਇਆ ਉਹ ਸਭ ਗੱਪਾਂ ਮਾਰਦੇ ਉਹਨਾਂ ਦੇ ਸ਼ਿਕੰਦੇ ਚ ਆ ਗਏ ਕਿਤੇ ਉਹਨਾਂ ਦਾ ਕੋਰਸ ਨਾ ਕਰਨ ਲਾਪਿਓ ਆਪਣਾ ਝੁੱਗਾ ਚੌੜ ਕਰਾ ਲੂਗੇ ਉਹ ਸਭ ਝੂਠ ਬੋਲਦੇ ਆ ਮੈਂ 1000 ਰੁਪਿਆ ਅੱਜ ਕਮਾਇਆ ਉਦੋਂ ਹੀ ਦਿਖਾਈ ਜਾਂਦੇ ਐਡਿਟ ਕਰਕੇ ਤਸਵੀਰਾਂ ਜੀਆਂ ਤੇ ਮਾਸਕ ਹੁਣੀ ਉਸਤਾਦ ਜੀ ਕਹਿੰਦੇ ਵੀ ਬਿਟਕੋਇਨ ਚ ਪਹਿਲਾਂ ਇਹ ਟੈਸਲਾ ਕਾਰਾਂ ਲੈ ਦੇਣ ਲੱਪੈ ਸੀ ਤੇ ਹੁਣੀ ਨੇ ਕੱਲ ਕਹਿਤਾ ਵੀ ਬਾਈ ਆਪਾਂ ਨਹੀਂ ਬਿਟਕੋਇਨ ਲੈਣਾ ਬਿਟਕੋਇਨ ਹੁਣੀ ਠਾ ਦੇਣੀ ਥੱਲੇ ਨੂੰ ਸੋ ਜੇ ਤੁਸੀਂ ਚਾਹੁੰਦੇ ਆ ਸਿੱਕੇ ਖਰੀਦਦੇ ਨੇ ਜੇ ਤਾਂ ਤੁਹਾਡੇ ਕੋਲ 100 ਰੁਪਈਆ ਆ ਹਨਾ ਵਿੱਚੋਂ 10 ਰੁਪਈਏ ਦੇ ਖਰੀਦ ਲਓ 90 ਆਪਣੇ ਸੇਫ ਰੱਖੋ ਇੱਥੇ ਬਹੁਤ ਜ਼ਿਆਦਾ ਬੰਦੇ ਜਿਨੀ 100 ਦਾ 100 ਰੁਪਈਆ ਹੀ ਉਦਾਹਰਨ ਦੇ ਤੌਰ ਤੇ ਹਜ਼ਾਰਾਂ ਲੱਖਾਂ ਡੈਲਰ ਇਹਨਾਂ ਚ ਇਨਵੈਸਟ ਕੀਤਾ ਆ ਤੇ ਝੁੱਗਾ ਚੌੜੇ ਇੱਕ ਸਕਿੰਟਾਂ ਚ ਹੋ ਜਾਣਾ ਸੋ ਆਪਾਂ ਨਹੀਂ ਭਾਈ ਇਹਨਾਂ ਨੂੰ ਖਰੀਦਣ ਦੀ ਸਲਾਹ ਦਿੰਨੇ ਜੁਆ ਹੀ ਆ ਜੇ ਤੁਹਾ ਕੋ 100 ਆ ਗਏ ਆ 5-7 ਰੁਪਈਆ ਇਹ ਖਰਚ ਲਓ ਕਹਿਣ ਦਾ ਮਤਲਬ 5-7% ਖਰਚ ਲਓ ਲੋਕਾਂ ਨੇ 100 ਦਾ 100% ਹੀ ਲਾਇਆ ਆ ਤੇ ਹੁਣ ਤੇ ਪਰਸੋਂ ਪੋਸਟ ਪਾ ਦਿੱਤੀ ਜੀ ਡੋਜ ਕੋਇਨ ਚ ਸਿੱਕੇ ਆਪਾਂ ਕਾਰਾਂ ਵੇਚਣ ਲੱਪਈਏ ਪੂਲ ਪੂਲ ਕਰਾਈ ਲੋਕ ਕਹਿੰਦੇ ਜੱਸ ਜੱਸ ਤੇ ਕੱਲ ਕਹਿ ਦਿੱਤੀ ਵੀ ਬਿਟਕੋਇਨ ਆਪਾਂ ਬਿਟਕੋਇਨ ਆ ਆਪਾਂ ਕਾਰਾਂ ਲੈਣੀਆਂ ਨਹੀਂ ਹਨਾ ਬਿਟਕੋਇਨ ਨਾ ਪਹਿਲਾਂ ਕਾਰਾਂ ਦੇਣ ਲੱਪਰੇ ਸੀ ਟੈਸ ਲਾ ਲੈ ਸੋ ਭਰਾਵੋ ਹੋਰ ਨਾ ਤੁਸੀਂ ਸਵੇਰ ਨੂੰ ਸੁੱਤ ਉੱਠਿਓ ਤੇ ਸਾਰਾ ਹੀ ਹਨਾ ਫੋਨਾਂ ਦੇ ਦੇਖਦੇ ਸੈਕਿੰਡ ਸੈਕਿੰਡ ਬਾਅਦ ਕਿੰਨੇ ਬਣ ਗਏ ਕਿੰਨੇ ਬਣ ਗਏ ਤੇ ਬਹੁਤ ਤਕੜਾ ਜੂਆ ਆ ਤੇ ਟਿਕਟੌਕ ਦੇ ਵਿਦਵਾਨਾਂ ਦੀ ਤਾਂ ਬਿਲਕੁਲ ਇਹ ਨਾ ਸਲਾਹ ਲਿਓ ਮਰਜ਼ੀ ਵੀ ਤੁਹਾਡੀ ਤੇ ਪੈਸਾ ਵੀ ਤੁਹਾਡਾ ਤੇ ਜਾਂਦੇ ਜਾਂਦੇ ਮਿਲਦੇ ਆ ਜੀ ਆਜੋ ਹਿੰਦੀ ਰੇਡੀਓ ਤੇ ਇੱਕ ਅੱਧੇ ਇੱਕ ਘੰਟੇ ਤੱਕ ਤੇ ਸਾਰਿਆਂ ਨਾਲ ਕਰਦੇ ਆ ਗੱਲਾਂ ਬਾਤਾਂ ਤੇ ਜਾਂਦੇ ਜਾਂਦੇ ਇੱਕ ਗੱਲ ਹੋਰ ਕਹਿਣੀ ਚਾਹਨਾ ਪ੍ਰਭੋ ਕਲਿੱਕ ਕਰ ਦਿਆ ਕਰੋ ਹਨਾ ਬਾਰ-ਬਾਰ ਕਹਿੰਦਾ ਚੰਗਾ ਵੀ ਨਹੀਂ ਲੱਗਦਾ ਅੱਜ 13 ਤਰੀਕ ਸੀ ਅੱਜ ਤੱਕ ਬੈਨ ਸੀਗਾ ਸ਼ਾਇਦ ਅੱਜ ਰਾਤ ਨੂੰ ਹੋ ਜਾਵੇ ਤੇ ਕੱਲ ਤੋਂ ਇੰਦੀ ਜਿ ਸਵਾਲ ਤੇ ਲਾਈਵ ਆਵਾਂਗੇ ਤੇ ਸਾਰਿਆਂ ਨੂੰ ਬੇਨਤੀ ਆ ਜੀ ਲਿੰਕ ਪਾ ਦਿੱਤਾ ਸੀ ਚੱਲਦੀ ਵੀਡੀਓ ਤੇ ਹੀ ਤੇ ਕਲਿੱਕ ਕਰ ਦਿਓ ਆ ਕਲਿੱਕ ਕਰਕੇ ਤੇ ਆ ਦੇਖੋ ਜੀ ਐਡ ਖੁੱਲ੍ਹੇ ਜਾਣੀ ਆ ਤੇ ਐਡ ਤੇ ਦੋ ਵਾਰੀ ਕਲਿੱਕ ਕਰਨਾ ਪਤਾ ਸਾਰਿਆਂ ਨੂੰ ਹੀ ਆ ਇਦਾਂ ਐਡ ਆਉਣੀ ਰੇਡੀਓ ਤੇ ਇੱਕ ਆ ਥੱਲੇ ਆਉਣੀ ਸਾਰਿਆਂ ਤੋਂ ਤੇ ਇੱਕ ਇੱਥੇ ਆਉਣੀ ਆ ਆਹ ਤੇ ਪੀਲੀ ਪੱਟੀ ਥੱਲੇ ਇਹਨੂੰ ਕਲਿੱਕ ਕਰਕੇ ਚਾਲ ਜੀ ਖੁੱਲ ਗਈ ਐਡ ਉਹ ਤੇਰੀ ਗਾਣਾ ਚੱਲ ਪਿਆ ਤੇ ਇੰਨਾ ਕੰਮ ਐ ਜੀ ਤੇ ਬੈਗ ਚਲੇ ਜਾਣਾ ਤੇ ਮਿਲਦੇ ਆ ਰੇਡੀਓ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਸਾਰੇ ਪਾਸੇ ਸ਼ੇਅਰ ਕਰ ਦਿਓ ਜੀ ਕਲਿੱਕ ਕਰ ਦਿਓ ਹਿੰਦੀ ਰੇਡੀਓ ਬਿਨਾ ਸਪੇਸ ਤੋਂ ਭਰ ਲਓ ਆਪਣੇ ਫੋਨਾਂ 'ਚ ਹਿੰਦੀ ਜਸਵਾਲ ਭੇਡਾਂ ਦਾ ਕਾਲ ਪਿੰਡ ਨਰੂੜ ਵਾਲਾ ਤੇ ਮਿਲਦੇ ਆ ਜੀ ਰੇਡੀਓ ਤੇ 40 ਮਿੰਟ ਤੱਕ ਕਰਦੇ ਆ ਗੱਲਾਂ ਇਸ ਨੰਬਰ ਤੇ ਤੇ ਸੱਚ ਇੱਕ ਜਾਂਦੇ ਜਾਂਦੇ ਇੱਕ ਗੱਲ ਭੁੱਲ ਗਿਆ ਮਿੱਤਰੋ ਆਪਣਾ ਟੈਲੀਗ੍ਰam ਵੀ ਸਾਰੇ ਜੁਆਇਨ ਕਰ ਲਓ ਤੇ ਜਿਹਨੇ ਨਹੀਂ ਕੀਤਾ ਅਜੇ ਤੱਕ ਮੈਨੂੰ ਮੈਸੇਜ ਕਰ ਦਿਓ ਹਣਾ ਤੇ ਆਜੀ ਕਿਸਾਨ ਸੈੱਲ 2800 ਮੈਂਬਰ ਹੋ ਗਿਆ ਏ ਸਪੈਲਿੰਗ ਭਰ ਕੇ ਤੇ ਕਰ ਲਓ ਜੁਆਇਨ ਤੇ ਜਿਹਨੂੰ ਨਹੀਂ ਮਿਲਦਾ ਮੈਨੂੰ ਮੈਸੇਜ ਕਰ ਦਿਓ ਲਿੰਕ ਦੇ ਦਿੰਨਾ ਤੇ ਵੀਡੀਓ ਹੁਣ ਜੀ ਸਾਰੇ ਪਾਸੇ ਸ਼ੇਅਰ ਕਰਿਓ ਤੇ ਕਲਿੱਕ ਕਰਦੇ ਹੋ ਰੇਡੀਓ ਤੇ ਮਿਲਦੇ ਆਂ ਸ਼ੁਕਰੀਆ